ਸਾਡੇ ਇੱਥੋਂ ਦੇ ਪੜ੍ਹੇ ਬੱਚੇ ਅਮਰੀਕਾ ਦੀਆਂ ਵੱਡੀਆਂ ਵੱਡੀਆਂ ਕਾਰਪੋਰੇਟਸ ਤੇ ਰਾਜ ਕਰ ਰਹੇ ਆ ਜਾ ਕੇ। ਕੀ ਉਹ ਸਕੂਲ ਮਗਰਲੇ 10 ਸਾਲਾਂ ਚ ਮੋਦੀ ਨੇ ਬਣਾਤੇ? ਦੱਸੋ ਜੀ ਕਿ ਮਗਰਲੇ 2 ਸਾਲਾਂ ਚ ਝਾੜੂ ਵਾਲਿਆਂ ਨੇ ਬਣਾਤੇ? ਭਾਈ ਜਿਹੜੀ ਪਾਰਟੀ ਨੇ ਸਾਨੂੰ ਅੱਜ ਇਸ ਕਾਬਲ ਬਣਾਤਾ ਕਿ ਹਰ ਗਲੀ ਦੇ ਵਿੱਚ ਪੱਕੇ ਮਕਾਨ ਹੈ, ਪੱਕੀਆਂ ਸੜਕਾਂ, ਸਕੂਲ ਬਣੇ ਹੈ, ਕਾਲਜ ਬਣੇ ਹੈ, ਸਾਡੇ ਇੱਥੋਂ ਦੇ ਪੜ੍ਹੇ ਬੱਚੇ ਦੁਨੀਆਂ ਤੇ ਜਾ ਕੇ ਰਾਜ ਕਰ ਰਹੇ ਹੈ। ਮੈਂ ਉਸ ਕਾਂਗਰਸ ਪਾਰਟੀ ਦੇ ਹੱਕ ਚ ਵੋਟ ਮੰਗਣ ਆਈ ਹਾਂ। ਮੈਂ ਕਦੀ, ਤੁਸੀਂ ਮੇਰੇ ਬਜ਼ੁਰਗ ਇੱਥੇ ਬੈਠੇ ਹੈ, ਮੈਂ ਅਸੀਂ ਤਾਂ ਭਾਈ ਆਪਦੀ ਉਮਰ ਦੇ ਵਿੱਚ ਕਦੀ ਕੋਈ ਇਹ ਜਿਹਾ ਪ੍ਰਧਾਨ ਮੰਤਰੀ ਨਹੀਂ ਵੇਖਿਆ ਜਿਹੜਾ ਧਰਮ ਦੇ ਨਾਂ ਤੇ ਵੋਟਾਂ ਮੰਗ ਰਿਹਾ ਹੋਵੇ। ਕੱਲੀ ਧਰਮ ਦੇ ਨਾਂ ਤੇ ਵੋਟ ਮੰਗੀ ਜਾ ਰਹੀ ਹੈ, ਇਹ ਸਹੀ ਗੱਲ ਹੈ? ਤੁਸੀਂ ਮੈਨੂੰ ਦੱਸੋ, ਧਰਮ ਦੇ ਨਾਂ ਤੇ ਦੇਸ਼ ਨੂੰ ਵੰਡਣਾ? ਭਾਈ ਇੱਥੇ ਹਿੰਦੂ ਵੀ ਬੈਠੇ ਹੈ, ਇੱਥੇ ਸਿੱਖ ਵੀ ਬੈਠੇ ਹੈ, ਕੋਈ ਮੁਸਲਿਮ ਭਾਈਚਾਰਾ ਵੀ ਬੈਠਾ ਹੈ, ਅੱਡ ਅੱਡ ਜਾਤੀਆਂ ਪ੍ਰਜਾਤੀਆਂ ਦੇ ਲੋਕ ਇੱਥੇ ਇਕੱਠੇ ਹੈ। ਜਦੋਂ ਕੋਈ ਆ ਕੇ ਇਹ ਕਹਿੰਦਾ ਹੈ ਕਿ ਅਸੀਂ ਤਾਂ ਇੱਕੋ ਜਾਤੀ ਦਾ ਰਾਸ਼ਟਰ ਬਣਾਉਣਾ, ਦੂਜਿਆਂ ਦੇ ਦਿਲ ਤੇ ਕੀ ਬੀਤਦੀ ਹੈ? ਸੋਚ ਕੇ ਵੇਖੋ ਮਾੜਾ ਜਾ। ਬਹੁਤ ਔਖਾ ਹੈ, ਇਹ ਦੇਸ਼ ਅਖੰਡਤਾ ਦਾ ਦੇਸ਼ ਹੈ, ਅੱਡ ਅੱਡ ਜਾਤੀਆਂ ਪ੍ਰਜਾਤੀਆਂ ਦੇ ਲੋਕ ਹੈ, ਇੱਕ ਛੱਤ ਦੇ ਥੱਲੇ ਰਹਿੰਦੇ ਹੈ। ਸਾਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਚਾਹੀਦਾ ਜਿਹੜਾ ਸਭ ਨੂੰ ਇਕੱਠਾ ਕਰਕੇ ਰੱਖੇ, ਜਿਹੜਾ ਇੱਕ ਮੁੱਠੀ ਦੇ ਵਿੱਚ ਸਭ ਨੂੰ ਬੰਨ ਕੇ ਰੱਖੇ, ਜਿਹੜਾ ਵੰਡੀਆਂ ਪਾਵੇ। ਸਾਨੂੰ ਉਹ ਪ੍ਰਧਾਨ ਮੰਤਰੀ ਨਹੀਂ ਚਾਹੀਦਾ, ਸਾਨੂੰ ਬਿਲਕੁਲ ਨਹੀਂ ਚਾਹੀਦਾ। ਮੈਨੂੰ ਇਹ ਦੱਸੋ ਕਿ ਮਗਰਲੇ 10 ਸਾਲਾਂ ਦੇ ਵਿੱਚ ਭਾਜਪਾ ਨੇ ਆਪਾਂ ਨੂੰ ਕੀ ਦਿੱਤਾ ਪੰਜਾਬ? ਕੋਈ ਇੱਕ ਚੀਜ਼ ਦਾ ਨਾਮ ਲਓ ਜੋ ਮਗਰਲੇ 10 ਸਾਲਾਂ ਚ ਭਾਜਪਾ ਨੇ ਦਿੱਤੀ ਹੈ, ਦੱਸੋ। ਮਹਿੰਗਾਈ ਦਿੱਤੀ ਹੈ, ਸਭ ਤੋਂ ਜ਼ਿਆਦਾ ਮਹਿੰਗਾਈ ਦਿੱਤੀ ਹੈ। ਵੇਖੋ, 400 ਦਾ ਸਿਲੰਡਰ ਹੁੰਦਾ ਸੀ, ਹੈ ਕਿ ਨਹੀਂ, ਤੇ ਇਹਨਾਂ ਨੇ 1200 ਦਾ ਕਰਤਾ, ਠੀਕ ਹੈ। ਪੈਟਰੋਲ 100 ਟੱਪ ਗਿਆ, ਡੀਜ਼ਲ 90 ਟੱਪ ਗਿਆ, ਸੋਨਾ 73,000 ਟੱਪ ਗਿਆ, ਚਾਂਦੀ 90,000 ਟੱਪ ਗਈ। ਬੰਦੇ ਨੂੰ ਨੌਕਰੀ ਇਹ ਦਿੰਦੇ ਨਹੀਂ, ਲੁੱਟਾਂ ਖੋਹਾਂ ਵੱਧ ਗਈਆਂ, ਰੋਜ਼ਗਾਰ ਦੇ ਸਾਧਨ ਹੈ ਨਹੀਂ। ਔਰ ਜਿੰਨੇ ਦੇਸ਼ ਦੇ ਵੱਡੇ ਪੂੰਜੀਪਤੀ ਹੈ, ਜਿਹੜੇ ਉਤਲੇ ਸਤਰ ਦੇ ਵੀ ਪਰਿਵਾਰ ਹੈ, ਤੁਹਾਡੇ ਸਾਰਿਆਂ ਦੇ ਘਰਾਂ ਚੋਂ ਖੋ ਖੋ ਕੇ ਉਹਨਾਂ ਦੇ ਘਰਾਂ ਨੂੰ ਸਮਾਨ ਜਾਈ ਜਾਂਦਾ ਹੈ। ਸਾਡੇ ਵਰਗਿਆਂ ਨੇ ਸਿਰਫ ਇਹਨਾਂ ਦੀ ਰੋਜ਼ਗਾਰ ਬੇਰੋਜ਼ਗਾਰੀ ਕਰਕੇ ਸਾਡੇ ਘਰਾਂ ਚ ਸੁਣਨੇ ਪਏ, ਸਾਡੇ ਬੱਚੇ ਬਾਹਰ ਦਿੱਤੇ, ਠੀਕ ਹੈ, ਅਸੀਂ ਪੈਸਾ ਜ਼ਰੂਰ ਹੋ ਗਿਆ, ਪਰ ਮਾਵਾਂ ਕੀ ਕਰਨ? ਮਾਵਾਂ ਦੀਆਂ ਕੋਲ ਤਾਂ ਖੁੱਲੀਆਂ ਹੋ ਗਈਆਂ, ਬਿਲਕੁਲ ਬਿਲਕੁਲ, ਕੋਈ ਪੋਲੀਟੀਸ਼ੀਅਨ ਨਹੀਂ ਹੈਗੀ। ਮੈਂ ਇੱਕ ਆਮ ਨਾਗਰਿਕ ਹੈ, ਅੱਜ ਮੈਂ ਘੰਟਾ ਰੋਕੇ ਆਈ ਹਾਂ, ਮੇਰਾ ਘਰ ਦੇਖ ਲਓ 200 ਗਜ਼ ਦਾ, ਲੋਕਾਂ ਨੂੰ ਮੇਰਾ ਪੈਸਾ ਦਿਖਿਆ, ਮੈਂ ਦੇਖਦੀ ਹਾਂ, ਪਰ ਮੇਰੇ ਅੰਦਰ ਘਰ ਮੇਰਾ ਖਾਲੀ ਆ, ਉਹ ਚੀਜ਼ ਨਹੀਂ ਦਿਖ ਰਹੀ। ਦੇਖੋ, ਜਿਹੜਾ ਜਿਹੜਾ ਇਸ ਤਰ੍ਹਾਂ ਦਾ ਮਾਵਾਂ ਦਾ ਦੁੱਖ ਹੈ ਨਾ ਭਾਈ, ਉਹ ਮਾਵਾਂ ਹੀ ਜਾਣਦੀਆਂ, ਦੂਜਾ ਨਹੀਂ ਕੋਈ ਜਾਣਦਾ, ਦੂਜੇ ਲਈ ਤਾਂ ਖੇਡ ਹੈ, ਦੂਜੇ ਲਈ ਤਾਂ ਖੇਡ ਹੈ। ਮੈਂ ਕਹਿੰਦੀ ਹਾਂ ਕਿ ਦੇਖੋ, ਜੇ ਸਾਡੇ ਪ੍ਰਧਾਨ ਮੰਤਰੀ ਸਾਡੀਆਂ ਇਸ ਤਰ੍ਹਾਂ ਦੀਆਂ ਮਾਵਾਂ ਦਾ ਦੁੱਖ ਸਮਝਣ, ਤਾਂ ਮੈਨੂੰ ਲੱਗਦਾ ਮੁਸੀਬਤਾਂ ਸਾਰੀਆਂ ਹੀ ਹੱਲ ਹੋ ਜਾਣ ਸਾਰੀਆਂ। ਕੋਈ ਨੀ ਭੈਣ, ਦਿਲ ਛੋਟਾ ਨਹੀਂ ਕਰੀਦਾ ਹੁੰਦਾ, ਔਖ ਸੌਖ ਬੰਦੇ ਤੇ ਆਉਂਦੀ ਹੈ। ਅਸੀਂ ਜਿੰਨੇ ਜੋਗੇ ਹੈ, ਅਸੀਂ ਤੁਹਾਡੇ ਨਾਲ ਸਦਾ ਖੜੇ ਰਵਾਂਗੇ। ਔਰ ਜੇ ਕੁਛ ਕਰ ਸਕਦੇ ਹੋਏ, ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਬਾਈ ਨੂੰ 3 ਮਹੀਨੇ ਟਰਾਂਸਪੋਰਟ ਮਹਿਕਮਾ ਸਾਂਭਣ ਲਈ ਮਿਲਿਆ ਸੀ, ਜਿਵੇਂ ਕੰਮ ਟਰਾਂਸਪੋਰਟ ਮਹਿਕਮੇ ਚ ਕੀਤੇ ਸੀ, ਤੁਹਾਡੇ ਨਾਲ ਮੈਂ ਵਾਅਦਾ ਕਰਦੀ ਹਾਂ, ਸੱਚੇ ਪਾਤਸ਼ਾਹ ਨੇ ਤਾਕਤ ਦਿੱਤੀ, ਤਾਂ ਠੀਕ ਉਸੇ ਤਰ੍ਹਾਂ ਕੰਮ ਜਿਹੜਾ ਵੀ ਮਹਿਕਮਾ ਮਿਲ ਗਿਆ, ਜੋ ਵੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ, ਠੀਕ ਉਸੇ ਹੀ ਜਜ਼ਬੇ ਦੇ ਨਾਲ ਤੁਹਾਨੂੰ ਕੰਮ ਕਰਕੇ ਵਿਖਾਵਾਂਗੇ ਤੇ ਤੁਹਾਡੀਆਂ ਮੁਸੀਬਤਾਂ ਦਾ ਹੱਲ ਵੀ ਕਰਕੇ ਦਿਆਂਗੇ।
ਮੈਂ ਸਾਰੀਆਂ ਮਾਵਾਂ ਨਾਲ ਇਹ ਗੱਲ ਕਰਨ ਲੱਗੀ ਹਾਂ ਕਿ ਤੁਸੀਂ 10 ਸਾਲ ਭਾਜਪਾ ਦੀ ਸਰਕਾਰ ਵੇਖੀ ਹੈ, ਠੀਕ ਹੈ, ਕਿੰਨੀਆਂ ਨੌਕਰੀਆਂ ਦਿੱਤੀਆਂ ਇਹਨਾਂ ਨੇ? ਨਹੀਂ ਦਿੱਤੀਆਂ। ਕਾਂਗਰਸ ਪਾਰਟੀ ਨੇ 30 ਲੱਖ ਨੌਕਰੀ ਇੱਕ ਸਾਲ ਦੀ ਦਾ ਵਾਅਦਾ ਕੀਤਾ ਹੈ, ਤੇ ਇਹ ਉਹ ਕਾਂਗਰਸ ਪਾਰਟੀ ਹੈ ਜਿਹਨੇ ਦੇਸ਼ ਨੂੰ ਆਜ਼ਾਦੀ ਦਵਾਈ ਹੈ, ਜਿਹਨੇ ਦੇਸ਼ ਨੂੰ ਇੰਨੀ ਗਰੀਬੀ ਰੇਖਾ ਤੋਂ ਚੱਕ ਕੇ ਇੱਥੋਂ ਤਾਈਂ ਲਿਆਂਦਾ ਹੈ। ਮੈਂ ਉਸ ਕਾਂਗਰਸ ਪਾਰਟੀ ਦੇ ਹੱਕ 'ਚ ਵੋਟ ਮੰਗਣ ਆਈ ਹਾਂ ਭਾਈ, ਉਹਨਾਂ ਨੂੰ ਜੋ ਜਿਨ੍ਹਾਂ ਨੇ ਤੁਹਾਡੇ ਨਾਲ ਏਡੇ ਵੱਡੇ ਵਾਅਦੇ ਕੀਤੇ ਤੇ ਇੱਕ ਵੀ ਪੂਰਾ ਨਹੀਂ ਕਰਕੇ ਦਿੱਤਾ ਭਾਜਪਾ ਵਾਲਿਆਂ ਨੂੰ। ਮੇਰੀ ਗੱਲ ਸੁਣੋ, ਤੁਸੀਂ ਬੜੇ ਲੋਕ ਪਰਖ ਕੇ ਵੇਖ ਲਏ, ਬੜੀਆਂ ਸਰਕਾਰਾਂ ਬਣਾਈਆਂ ਤੁਸੀਂ, ਬੜੀਆਂ ਢਾਈਆਂ, ਮੇਰੇ ਨਾਲ ਤਾਂ ਤੁਸੀਂ ਜਿੰਨੇ ਬਜ਼ੁਰਗ ਬੈਠੇ ਸਾਰੇ ਹੀ ਸਿਆਣੇ ਹੋ। ਤੁਸੀਂ ਮੈਨੂੰ ਅੱਜ ਤੁਹਾਨੂੰ ਕੀ ਲੱਗਦਾ ਹੈ ਕਿ ਸਾਡਾ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦੂਜਾ ਮੋਰਚਾ ਲਾ ਕੇ ਬਾਰਡਰ ਤੇ ਬੈਠਾ ਹੈ? ਸਾਡੇ ਦੇਸ਼ ਦਾ ਅੰਨਦਾਤਾ ਹੈ, ਇਕੱਲੇ ਪੰਜਾਬ ਦਾ ਢਿੱਡ ਨਹੀਂ ਭਰਦਾ, ਪੂਰੀ ਦੁਨੀਆ ਪੂਰੇ ਦੇਸ਼ ਦਾ ਢਿੱਡ ਭਰਦਾ। ਜਦੋਂ ਤਾਂ ਲੋੜ ਹੁੰਦੀ ਅੰਨ ਦੀ, ਉਦੋਂ ਤਾਂ ਸਾਨੂੰ ਇਹਨਾਂ ਨੂੰ ਕਿਸਾਨ ਯਾਦ ਆ ਜਾਂਦੇ ਹੈ, ਤੇ ਜਦੋਂ ਕਿਸਾਨ ਨੂੰ ਲੋੜ ਹੈ ਉਦੋਂ ਸਾਡਾ ਕਿਸਾਨ ਰੋਜ਼ ਸ਼ਹੀਦ ਹੋਈ ਜਾਂਦਾ, ਉਦੋਂ ਪਤਾ ਹੀ ਕੁਛ ਨਹੀਂ ਹੈ ਸਰਕਾਰ ਨੂੰ। ਤੁਸੀਂ ਇਹ ਸੋਚ ਕੇ ਦੇਖੋ ਕਿ ਜਿਸ ਪ੍ਰਧਾਨ ਮੰਤਰੀ ਨੂੰ ਅੰਨਦਾਤਾ ਤੇ ਤਰਸ ਨਹੀਂ ਆਇਆ, ਉਹਦੇ ਆਪਾਂ ਕੁਛ ਨਹੀਂ ਲੱਗਦੇ, ਉਹਦੇ ਤੁਸੀਂ ਮੈਂ ਕੁਛ ਨਹੀਂ ਲੱਗਦੇ। ਤੁਹਾਡੀ ਪਾਈ ਇੱਕ ਇੱਕ ਵੋਟ ਜੇ ਕਾਂਗਰਸ ਪਾਰਟੀ ਨੂੰ ਜਾਊਗੀ ਤਾਂ ਮੁਸ਼ਕਲਾਂ ਦਾ ਹੱਲ ਹੋਊਗਾ, ਨਹੀਂ ਤਾਂ ਨਹੀਂ ਹੋਣਾ। ਅਕਾਲੀ ਦਲ ਨੂੰ ਪਿਛਲੇ 10 ਸਾਲਾਂ ਤੋਂ 15 ਸਾਲ ਤੋਂ ਜਿਤਾਉਂਦੇ ਆ ਰਹੇ ਹਨ। 9 ਹਲਕੇ ਹੈ ਬਠਿੰਡੇ 'ਚ, ਕਿੰਨੇ ਹਲਕੇ ਹੈ? 9 ਹਲਕੇ ਹੈ, 9 ਸ਼ਹਿਰ ਪੈਂਦੇ ਹੈ। ਇੱਕ ਬਠਿੰਡੇ ਨੂੰ ਹਸਪਤਾਲ ਦੇ ਕੇ ਉਹ ਕਹਿੰਦੇ ਅਸੀਂ ਤਰੱਕੀ ਕਰਾਤੀ, ਬਾਕੀ 8 ਸ਼ਹਿਰਾਂ ਦਾ ਕੀ ਬਣੂਗਾ? ਇੱਕ ਹਸਪਤਾਲ ਦਿੱਤਾ ਹੈ। ਇਦੋਂ ਬਿਨਾਂ ਮੈਨੂੰ ਇਹ ਦੱਸੋ ਕਿ ਅਕਾਲੀ ਦਲ ਨੇ ਮਗਰਲੇ 15 ਸਾਲਾਂ 'ਚ ਕੀਤਾ ਕੀ ਹੈ? ਹੋ ਸਕਦਾ ਮੈਨੂੰ ਪਤਾ ਨਾ ਹੋਵੇ, ਉਹ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ, ਸਰਦਾਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਹੁੰਦੇ ਸੀ ਉਦੋਂ ਪਾਸ ਹੋਇਆ ਸੀ। ਤੁਸੀਂ ਮੈਨੂੰ ਇਹ ਦੱਸੋ ਕਿ ਮਗਰਲੇ 15 ਸਾਲ 'ਚ ਕੀਤਾ ਕੀ ਹੈ? ਜਿਹੜੀ ਚੀਜ਼ ਇਹਨਾਂ ਨੇ ਕੀਤੀ ਹੈ ਉਹ ਪਤਾ ਕੀ ਕੀਤੀ ਹੈ? ਸਾਰੀ ਉਮਰ ਸਾਡੇ ਸੱਚੇ ਪਾਤਸ਼ਾਹ ਦੇ ਨਾਮ ਤੇ ਵੋਟਾਂ ਮੰਗੀਆਂ, ਗੁਰੂ ਸਾਹਿਬ ਦੇ ਨਾਂ ਤੇ ਵੋਟਾਂ ਮੰਗੀਆਂ। ਇਸ ਗੱਲ ਨਾਲ ਸਹਿਮਤ ਹੋ? ਗੁਰੂ ਸਾਹਿਬ ਦੇ ਨਾਂ ਤੇ ਵੋਟਾਂ ਮੰਗੀਆਂ, ਗੁਰੂ ਸਾਹਿਬ ਦੇ ਨਾਂ ਤੇ ਵੋਟਾਂ ਮੰਗ ਕੇ ਇਹਨਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ, ਇਹਨਾਂ ਨੇ ਇਹ ਕੀਤਾ ਆਪਣੇ ਰਾਜ ਵਿੱਚ। ਸਾਰੀ ਉਮਰ ਕਿਸਾਨੀ ਦੇ ਨਾਂ ਤੇ ਵੋਟਾਂ ਮੰਗ ਕੇ ਇਹਨਾਂ ਨੇ ਕਿਸਾਨੀ ਬਿੱਲਾਂ ਤੇ ਬੀਬਾ ਬਾਦਲ ਨੇ ਸਾਈਨ ਕੀਤਾ। ਪਤਾ ਹੈ ਨਾ ਇਸ ਗੱਲ ਦਾ ਕਿ ਭੁੱਲ ਗਏ ਹੋ? ਪਤਾ ਹੈ, ਯਾਦ ਹੈ ਭਾਈ? ਹਾਂ ਤਾਂ ਹੱਥ ਤਾਂ ਕਰਕੇ ਦੱਸੋ, ਇਹ ਪਤਾ ਨਹੀਂ ਲੱਗਦਾ, ਤੁਹਾਡੀ ਸਹਿਮਤੀ ਚਾਹੀਦੀ ਹੈ। ਕਈ ਵਾਰੀ ਇਹ ਲੱਗਦਾ ਕਿ ਯਾਦ ਹੀ ਨਹੀਂ। ਦੁਬਾਰੇ ਵੋਟ ਬੀਬਾ ਨੂੰ ਪਾਉਣੀ ਹੈ? ਜਿਹੜੀ ਵੋਟ ਇਹਨਾਂ ਨੂੰ ਜਾਊਗੀ ਅਕਾਲੀ ਦਲ ਨੂੰ, ਭਾਈ ਉਹ ਕਿਹਨੂੰ ਜਾਂਦੀ ਹੈ? ਭਾਜਪਾ ਨੂੰ ਜਾਂਦੀ ਹੈ ਕਿ ਨਹੀਂ ਜਾਂਦੀ? ਅਕਾਲੀ ਦਲ ਨੂੰ ਜਾਣ ਵਾਲੀ ਹਰੇਕ ਵੋਟ ਭਾਜਪਾ ਨੂੰ ਜਾਂਦੀ ਹੈ? ਜਾਂਦੀ ਹੈ। ਭਾਜਪਾ ਨੂੰ ਪੈਣ ਵਾਲੀ ਤਾਂ ਜਾਂਦੀ ਜਾਂਦੀ ਹੈ। ਮੈਨੂੰ ਦੱਸੋ ਕਿ ਕਿਹੜੀ ਪਾਰਟੀ ਹੈ ਜਿਹੜੀ ਭਾਜਪਾ ਦਾ ਸੈਂਟਰ ਦੇ ਵਿੱਚ ਮੁਕਾਬਲਾ ਕਰ ਸਕਦੀ ਹੈ? ਸਿਰਫ ਕਾਂਗਰਸ ਪਾਰਟੀ ਹੈ ਜਿਹੜੀ ਇਹਨਾਂ ਦੀ ਬਣਾਈ ਗਲਤ ਨੀਤੀਆਂ ਨੂੰ ਰੱਦ ਕਰ ਸਕਦੀ ਹੈ, ਤੇ ਜਿਹੜੀ ਤੁਹਾਡੇ ਹੱਕ ਦੇ ਵਿੱਚ ਖੜੀ ਹੋ ਸਕਦੀ ਹੈ, ਤੇ ਤੁਹਾਡਾ ਬਣਦਾ ਹੱਕ ਤੁਹਾਨੂੰ ਇੱਥੇ ਲਿਆ ਕੇ ਪਹੁੰਚਾ ਸਕਦੀ ਹੈ। ਇਕੱਲੀ ਕਾਂਗਰਸ ਪਾਰਟੀ ਹੈ, ਕਿਸੇ ਹੋਰ ਨੇ ਨਹੀਂ ਦੇਣਾ। ਬਾਕੀ ਜੇ ਦੁਬਾਰੇ ਭਾਜਪਾ ਆ ਗਈ ਤਾਂ ਆਪਾਂ ਇਸ ਗੱਲ ਵਾਸਤੇ ਤਿਆਰ ਰਹੀਏ ਕਿ ਸਾਡੇ ਵੋਟਾਂ ਦੇ ਹੱਕ ਸਾਡੇ ਤੋਂ ਖੋਹ ਲੈਣਗੇ। ਇਹਨਾਂ ਦੇ ਆਪਦੇ MP, ਇਹਨਾਂ ਦੇ ਆਪਦੇ ਮੰਤਰੀ ਆਪਦੇ ਭਾਸ਼ਣਾਂ 'ਚ ਕਹਿੰਦੇ ਆ ਕਿ ਸਾਨੂੰ 400 ਪਾਰ ਕਰਾ ਦਿਓ, ਅਸੀਂ ਸੰਵਿਧਾਨ ਬਦਲ ਦਿਆਂਗੇ। ਇਹਨਾਂ ਦੇ ਆਪਦੇ ਮੰਤਰੀ ਇਹ ਗੱਲ ਕਹਿੰਦੇ ਆ। ਮੈਂ ਤੁਹਾਡੇ ਸਾਰਿਆਂ ਅੱਗੇ ਇੱਕ ਬੇਨਤੀ ਕਰਦੀ ਹਾਂ, ਬੀਬਾ ਨੂੰ ਤੁਸੀਂ ਮਗਰਲੇ 15 ਸਾਲਾਂ ਦਾ ਵੇਖ ਰਹੇ ਹੋ, ਬੀਬਾ ਮੰਤਰੀ ਵੀ ਰਹੇ ਹੈ, ਬੀਬਾ MP ਵੀ ਰਹੇ ਹੈ। ਮੈਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਗੱਲ ਕਰ ਰਹੀ ਹਾਂ।
ਬੜੀ ਤਾਕਤ ਦਿੱਤੀ ਹੈ, ਬੜਾ ਵੇਖਿਆ, ਉਹਨਾਂ ਨੂੰ ਬਹੁਤ ਪਰਖਿਆ ਤੇ ਜੋ ਉਹਨਾਂ ਨੇ ਕਰਨਾ ਸੀ ਉਹਨਾਂ ਨੇ ਤੁਹਾਨੂੰ 15 ਸਾਲ ਚ ਕਰਕੇ ਵਿਖਾਤਾ। ਸਾਡੇ ਜੋ ਕਿਸਾਨਾਂ ਦਾ ਕਾਣ ਕੀਤਾ ਉਹਨਾਂ ਨੇ ਉਹ ਆਪਾਂ ਸਾਰਿਆਂ ਨੇ ਵੇਖਿਆ। ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ, ਔਰ ਜੋ ਝਾੜੂ ਵਾਲਿਆਂ ਨੇ ਕੀਤਾ, ਮੇਰੀਆਂ ਕਿੰਨੀਆਂ ਭੈਣਾਂ ਨੂੰ ਭਾਈ 1000-1000 ਰੁਪਇਆ ਆ ਗਿਆ। ਹੱਸਣ ਨਾਲ ਤਾਂ ਗੱਲ ਨੀ ਬਣਨੀ, ਜਵਾਬ ਦਿਓ। ਤੇ ਵੋਟਾਂ ਕਿਹਨੂੰ ਪਾਈਆਂ ਸੀ 1000-1000 ਨੂੰ? ਭਾਈ ਸਾਡੀਆਂ ਬੜੀਆਂ ਇਹੋ ਜਿਹੀਆਂ ਭੈਣਾਂ, ਹੁਣ ਮੈਂ ਜਾਣੀ ਆ ਨਾ, ਉਹ ਕਹਿੰਦੇ ਕਿ ਜਦੋਂ ਵੋਟਾਂ ਪੈਂਦੀਆਂ ਸੀ ਨਾ ਤਾਂ ਪਰਿਵਾਰਾਂ ਦੇ ਵਿੱਚ 22 ਹਰਾਂ ਨੇ ਕਾਂਗਰਸ ਨੂੰ ਪਾਈ, ਪਰ ਭੈਣਾਂ ਨੇ ਬਿਨਾਂ ਦੱਸਿਆ ਝਾੜੂ ਨੂੰ ਵੋਟ ਪਾਈ ਹੈ। ਪਤਾ ਉਹ ਹੁਣ ਕਹਿੰਦੀਆਂ, ਜਦੋਂ ਮੈਂ ਹੁਣ ਮੀਟਿੰਗਾਂ ਕੀਤੀਆਂ ਤਾਂ ਮੈਨੂੰ ਭੈਣਾਂ ਨੇ ਦੱਸਿਆ ਜੀ ਅਸੀਂ, ਸਾਨੂੰ ਉਮੀਦ ਬਹੁਤ ਸੀ ਕਿ ਅਸੀਂ ਸੋਚਿਆ ਕਿ ਸਾਲ ਦਾ 12,000 ਆ ਜਾਇਆ ਕਰੂਗਾ ਤੇ 5 ਸਾਲਾਂ ਦਾ 60,000 ਆਊਗਾ। ਕਹਿੰਦੇ ਬੀਬਾ ਜੀ ਅਸੀਂ ਤਾਂ ਨਾ 60,000 ਨੂੰ ਤੁਰਦੀ ਹੈ। ਤੇ ਬਹੁਤ ਹੀ ਦੇਖੋ, ਤੁਸੀਂ ਆਪਦੇ ਵੱਲੋਂ ਬਹੁਤ ਵਧੀਆ ਕੀਤਾ ਸੀ, ਪਰ ਹੋ ਗਲਤ ਗਿਆ। ਸਰਕਾਰ ਨੇ ਧੋਖਾ ਹੀ ਬਹੁਤ ਵੱਡਾ ਕੀਤਾ। ਜਦੋਂ ਦੀ ਸਰਕਾਰ ਆਈ ਹੈ ਭਾਈ, ਅੰਧਾ ਧੁੰਦ ਸਾਡੇ ਦੇਸ਼ ਦੇ ਅਮਨ ਕਾਨੂੰਨ ਦੀ ਐਸੀ ਤੈਸੀ ਕੀਤੀ ਪਈ ਹੈ ਇਹਨਾਂ ਨੇ। ਕੋਈ ਨੌਕਰੀਆਂ ਨਹੀਂ ਦਿੱਤੀਆਂ ਗਈਆਂ, ਚਿੱਟਾ ਪਹਿਲਾਂ ਨਾਲੋਂ 10 ਗੁਣਾ ਵੱਧ ਗਿਆ, ਪਰ ਚੋਣ ਵਾਂਗੂ ਵਿਕ ਰਿਹਾ ਚਿੱਟਾ। ਸਾਨੂੰ ਇੱਕ ਐਸੀ ਸਰਕਾਰ ਦੀ ਲੋੜ ਹੈ ਜਿਹੜੀ ਸਾਡੇ ਦੇਸ਼ ਦੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਹਾਲ ਕਰ ਸਕੇ, ਜਿਹੜੀ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦੇ ਸਕੇ, ਸਾਡੇ ਬੱਚੇ ਬਾਹਰ ਜਾਣੋਂ ਰੁਕ ਸਕਣ। ਸਾਨੂੰ ਐਸੀ ਸਰਕਾਰ ਦੀ ਲੋੜ ਹੈ।